ਸਤਿ ਸ਼੍ਰੀ ਅਕਾਲ ਸਭ ਕਿਸਾਨ ਭਰਾਵਾਂ ਨੂੰ, ਮੈਂ ਗੁਰਦੀਪ ਸਿੰਘ ਫਸਲਾਂ ਦੀ ਜਾਣਕਾਰੀ ਤੋਂ। ਸਾਥੀਓ, ਅੱਜ ਆਪਾਂ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਵਹੀਟ ਦੀ ਕਰੋਪ ਦੇ ਉੱਤੇ, ਕਣਕ ਦੀ ਫਸਲ ਦੇ ਉੱਤੇ, ਗੇਹੂੰ ਦੀ ਫਸਲ ਦੇ ਉੱਤੇ। ਗੇਹੂੰ ਦੀ ਫਸਲ ਦੇ ਉੱਤੇ ਜਾਣਕਾਰੀ ਕੀ ਹੈ, ਲਾਸਟ ਦੀ ਸਟੇਜ ਚੱਲ ਰਹੀ ਹੈ ਹੁਣ, ਅਤੇ ਜਿਹੜੀ ਗੇਹੂੰ ਦੀ ਫਸਲ ਹੈ ਉਹ 115, 120, 125, 130 ਦਿਨਾਂ ਤੱਕ ਪਹੁੰਚ ਚੁੱਕੀ ਹੈ ਕਿਸਾਨ ਭਰਾਵਾਂ ਦੀ। ਤਾਂ ਕਈਆਂ ਦੀ ਲੇਟ ਬਿਜਾਈ ਹੋਈ ਹੋਈ ਹੈ ਅਤੇ ਕਈਆਂ ਦੀ ਅਗੇਤੀ ਬਿਜਾਈ ਹੋਈ ਹੋਈ ਹੈ, ਤਾਂ ਉਹਨਾਂ ਦੇ ਆਧਾਰ 'ਤੇ ਆਪਾਂ ਗੱਲ ਕਰਾਂਗੇ। ਲਾਸਟ ਪਾਣੀ ਕਦੋਂ ਦੇਣਾ ਚਾਹੀਦਾ ਹੈ ਗੇਹੂੰ ਦੇ ਵਿੱਚ, ਉਸ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ। ਤੁਹਾਨੂੰ ਪਹਿਲਾਂ ਮੈਂ ਵਹੀਟ ਦੀ ਕਰੋਪ ਦੀਆਂ ਸਟੇਜਾਂ ਦੱਸ ਦਿੰਦਾ ਸਾਥੀਓ, ਵੀ ਇਸ ਸਟੇਜ ਦੇ ਉੱਤੇ ਆਪਾਂ ਨੂੰ ਪਾਣੀ ਦੇਣਾ ਚਾਹੀਦਾ। ਸਾਥੀਓ, ਪਹਿਲੀ ਸਟੇਜ ਆਉਂਦੀ ਹੈ CRI ਸਟੇਜ, ਕਰਾਊਂਡ ਰੂਟ ਸਟੇਜ ਆਉਂਦੀ, ਜਿਹੜੀ ਜੜ੍ਹਾਂ ਬਣਦੇ ਸਮੇਂ ਸਟੇਜ ਆਉਂਦੀ ਹੈ, ਉਹ 21 ਦਿਨਾਂ 'ਤੇ ਆਉਂਦੀ ਹੈ। ਤੋ 21 ਦਿਨਾਂ ਤੋਂ ਆਪਾਂ ਲੈ ਕੇ 25 ਦਿਨਾਂ ਤੀਕਰ ਪਾਣੀ ਦੇ ਸਕਦੇ ਸਾਥੀਓ। ਉਸ ਤੋਂ ਬਾਅਦ ਆਪਾਂ ਕਹਿੰਦੇ ਟਿਲਰਿੰਗ ਸਟੇਜ ਆਉਂਦੀ ਸਾਥੀਓ, ਉਹ 40 ਤੋਂ 45 ਦਿਨਾਂ ਤੀਕਰ, ਜਦੋਂ ਉਹਦੇ ਟਿਲਰ ਕਣਕ ਦੇ ਫੁੱਟਦੇ ਆ। ਉਹ ਤੋਂ ਬਾਅਦ ਲੇਟ ਜੁਆਇੰਟਿੰਗ ਸਟੇਜ, ਗੰਢਾਂ ਦਾ ਬਣਨਾ, ਗਾਂਠ ਬਣਨ ਦੀ ਸਟੇਜ ਸਾਥੀ ਆਉਂਦੀ ਹੈ, ਉਹ ਸਾਥੀਓ 60 ਤੋਂ 65 ਦਿਨਾਂ ਦੇ ਉੱਪਰ ਆਪਾਂ ਆਉਂਦੀ ਹੈ, ਉਹ ਪਾਣੀ ਦੇਣਾ ਚਾਹੀਦਾ। ਉਸ ਤੋਂ ਬਾਅਦ ਫਲੋਵਰਿੰਗ ਸਟੇਜ, ਫਲੋਵਰਿੰਗ ਸਟੇਜ ਸਾਥੀਓ 80 ਤੋਂ 85 ਦਿਨਾਂ 'ਤੇ ਆਉਂਦੀ ਹੈ। ਮਿਲਕਿੰਗ ਸਟੇਟ, ਦੁੱਧ ਅਵਸਥਾ ਜਿਹੜੀ ਸਾਥੀਓ 100 ਤੋਂ 105 ਦਿਨਾਂ ਦੇ ਵਿੱਚ ਵਹੀਟ ਦੀ ਕਰੋਪ ਦੇ ਉੱਤੇ ਆ ਜਾਂਦੀ ਹੈ। ਉਸ ਤੋਂ ਬਾਅਦ ਡਫ ਸਟੇਜ, ਜਿਹੜਾ ਆਪਣਾ ਦਾਣਾ ਹੈ ਉਹ ਸਖਤ ਹੋਣਾ ਸਟਾਰਟ ਹੋ ਜਾਂਦਾ ਸਾਥੀਓ, ਦਾਣਾ ਜਿਹੜਾ ਸਖਤ ਹੋਣਾ, ਜਿਹੜਾ ਸੀਡ ਹੈ ਉਹ ਸਖਤ ਹੋਣਾ ਸਟਾਰਟ ਹੋ ਜਾਂਦਾ ਹੈ। 1000 ਜਿਹਨੂੰ ਟੈਸਟ ਵੇਟ ਬੋਲਿਆ ਜਾਂਦਾ ਹੈ, ਉਹ ਉਸ ਦੇ ਹਿਸਾਬ ਨਾਲ ਸਾਥੀ ਦੇਖੀਏ ਤਾਂ ਉਹ ਆਪਣੇ 115 ਤੋਂ ਲੈ ਕੇ 120 ਦਿਨਾਂ ਦੇ ਉੱਤੇ ਡਫ ਸਟੇਜ ਆ ਜਾਂਦੀ ਹੈ, ਦਾਣਾ ਸਖਤ ਹੋਣਾ ਸਟਾਰਟ ਹੋ ਜਾਂਦਾ ਹੈ, ਇਹਨੂੰ ਡਫ ਸਟੇਜ ਬੋਲਿਆ ਜਾਂਦਾ ਹੈ। ਤਾਂ ਸਾਥੀਓ ਇਹ ਸਟੇਜਸ ਸੀ, ਤਾਂ ਆਪਾਂ ਨੂੰ ਹੁਣ ਪਾਣੀ ਦੀ ਗੱਲ ਕਰੀਏ। ਜਿਹੜੇ ਜ਼ਮੀਨਾਂ ਵਿੱਚ ਜ਼ਿਆਦਾ ਨਮੀ ਰਹਿੰਦੀ ਹੈ, ਜਿਵੇਂ ਕੋਈ ਵਹੀਟ ਦੀ ਕਰੋਪ ਦੁੱਧ ਅਵਸਥਾ ਦੇ ਵਿੱਚ ਆਉਂਦਾ, ਦਾਣੇ ਦੇ ਵਿੱਚ ਕਰੀਮ ਭਰ ਚੁੱਕੀ ਹੈ, ਤਾਂ ਉੱਥੇ ਆਪਣੇ ਥੋੜ੍ਹੀ ਜਿਹੀ ਨਮੀ ਰਹਿਣੀ ਬਹੁਤ ਜ਼ਰੂਰੀ ਹੈ ਲਾਸਟ ਤੱਕ, ਜਿੰਨਾ ਚਿਕਰ ਡਫ ਸਟੇਜ ਨਾ ਆਵੇ, ਜਿੰਨਾ ਚਿਕਰ ਦਾਣਾ ਸਰੋਂ ਦੇ ਦਾਣੇ ਜਿੰਨਾ ਜਾਂ ਗਵਾਰੇ ਦੇ ਦਾਣੇ ਜਿੰਨਾ ਹੈ, ਤਾਂ ਆਪਾਂ ਹੁਣ ਉੱਤੇ ਪਾਣੀ ਆਪਾਂ ਨੂੰ ਜ਼ਰੂਰ ਲਾਉਣਾ ਪਊ। ਉਹਦੇ ਵਿੱਚ ਆਪਾਂ ਆਪਣੀ ਮਿੱਟੀ ਦੇ ਅਨੁਸਾਰ ਦੇਖਣਾ ਚਾਹੀਦਾ ਹੈ ਵੀ ਇਹ ਕਿੰਨੇ ਕੁ ਟਾਈਮ ਤੱਕ ਗਿੱਲ ਸਹਾਰ ਕੇ ਰੱਖਦੀ ਹੈ, ਮਿੱਟੀ ਕਿੰਨੇ ਕੁ ਟਾਈਮ ਤੱਕ ਗਿੱਲ ਰਹਿੰਦੀ ਹੈ ਇਹਦੇ 'ਤੇ, ਤਾਂ ਉਸ ਹਿਸਾਬ ਨਾਲ ਆਪਾਂ ਪਾਣੀ ਦੇਣਾ ਸਾਥੀਓ। ਕਿਉਂਕਿ 115 ਤੋਂ ਲੈ ਕੇ 120 ਦਿਨਾਂ ਤੀਕਰ ਆਪਾਂ ਆਈਡੀਆ ਲਾ ਸਕਦੇ ਹਾਂ ਇੰਨੇ ਤੀਕਰ ਪਾਣੀ ਜ਼ਰੂਰੀ ਹੈ। ਆਪਦੀ ਕਰੋਪ ਦਾ ਸਾਰਾ ਮੈਂਟੇਨ ਆਪਾਂ ਨੂੰ ਰੱਖਣਾ ਪੈਂਦਾ ਹੈ ਕਿ ਆਪਾਂ ਕਰੋਪ ਕਦੋਂ ਬੀਜੀ, ਕਿੰਨੀ ਤਰੀਕ ਦੀ ਬੀਜੀ ਅਤੇ ਹੁਣ ਕਿੰਨੇ ਦਿਨਾਂ ਚੱਲ ਰਹੀ, ਉਸ ਹਿਸਾਬ ਨਾਲ ਆਪਾਂ ਨੂੰ ਹਿਸਾਬ ਰੱਖਣਾ ਪੈਂਦਾ। ਬਾਕੀ ਆਪਾਂ ਸਟੇਜਿਸ ਦੇਖ ਕੇ, ਕਣਕ ਦੀ ਸਟੇਜ ਦੇਖ ਕੇ ਵੀ ਪਤਾ ਲਾ ਸਕਦੇ ਹਾਂ ਵੀ ਕਦੋਂ ਇਹਨੂੰ ਪਾਣੀ ਚਾਹੀਦਾ। ਡੱਪ ਸਟੇਜ ਹੁੰਦੀ ਹੈ ਜਿੱਥੇ ਦਾਣਾ ਸਖਤ ਹੋਣਾ ਸਟਾਰਟ ਹੁੰਦਾ, ਉਦੋਂ ਤਿੱਕਰ ਪਾਣੀ ਜ਼ਰੂਰੀ ਹੈ, ਉਹਦੇ ਵਿੱਚ ਮਿੱਟੀ ਦੇ ਵਿੱਚ ਨਮੀ ਜ਼ਰੂਰੀ ਹੈ, ਕਿਉਂਕਿ ਲਾਸਟ ਦੇ ਵਿੱਚ ਹੀ ਬਹੁਤ ਜ਼ਿਆਦਾ ਫਰਕ ਪੈਂਦਾ ਕਣਕਾਂ ਦੇ ਉੱਤੇ। ਕਿਉਂਕਿ ਆਪਾਂ ਲਾਸਟ ਦੇ ਪਾਣੀ ਅਤੇ ਫਸਟ ਪਾਣੀ ਜਿਹੜਾ ਹੁੰਦਾ ਉਸ ਦਾ ਕਣਕ ਦੇ ਝਾੜ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ, ਕਿਉਂਕਿ ਪਿਛਲੀ ਵਾਰ ਇਹਨਾਂ ਟਾਈਮਾਂ ਦੇ ਵਿੱਚ ਬਾਰਿਸ਼ਾਂ ਹੋਈਆਂ ਸੀ, ਤਾਂ ਪਿਛਲੀ ਵਾਰ ਚੰਗੇ ਝਾੜ ਨਿਕਲੇ ਸੀ। ਤਾਂ ਸਾਥੀਓ ਆਪਾਂ ਨੂੰ ਪਾਣੀ ਬਹੁਤ ਜ਼ਿਆਦਾ ਪਹਿਲਾਂ ਨਹੀਂ ਛੱਡਣਾ ਚਾਹੀਦਾ, ਥੋੜ੍ਹੀ ਜਿਹੀ ਗੌਰ ਕਰਨੀ ਚਾਹੀਦੀ ਕਿਤੇ ਆਪਾਂ ਛੱਡ ਦਈਏ ਪਾਣੀ ਅਤੇ ਆਪਣੇ ਹੱਥ ਵੱਲੇ ਕੁਛ ਪਵੇ ਨਾ। ਤਾਂ ਇੱਕ ਦੋ ਗੱਲਾਂ ਸਾਥੀ ਹੋਰ ਦੱਸਣਾ ਚਾਹੁੰਦਾ ਵੀ 80 ਤੋਂ 85 ਦਿਨਾਂ ਦੇ ਉੱਤੇ ਆਪਣੇ ਫਲੋਵਰਿੰਗ ਸਟੇਜ ਹੁੰਦੀ ਹੈ ਵਹੀਟ ਦੀ। ਫਲੋਵਰਿੰਗ ਸਟੇਜ ਦੇ ਉੱਤੇ ਆਪਾਂ ਉਸ ਤੋਂ ਪਹਿਲਾਂ ਕੋਈ ਫੰਗੀਸਾਈਡ, ਜਿਵੇਂ ਕੋਈ ਬੀਜ ਵਾਸਤੇ ਆਪਾਂ ਕਣਕ ਰੱਖ ਰਹੇ ਹਾਂ, ਘਰ ਵਾਸਤੇ ਕਣਕ ਰੱਖ ਰਹੇ ਹਾਂ, ਜਾਂ ਉਸ ਦੇ ਉੱਤੇ NPK ਆਪਾਂ ਕਰਨਾ, NPK ਕਰਨਾ, ਕੋਈ ਤਾਕਤ ਦੀ ਸਪਰੇਇੰਗ ਕਰਨੀ ਹੈ, ਤਾਂ ਆਪਾਂ 80 ਤੋਂ 85 ਦਿਨਾਂ ਦੇ ਉੱਤੇ ਨਿਬੇੜ ਲਈਏ ਸਾਥੀਓ, ਤਾਂ ਹੀ ਆਪਾਂ ਨੂੰ ਫਾਇਦਾ ਹੋਣ ਵਾਲਾ। ਅਤੇ ਜਿਵੇਂ ਰਸ਼ਟ ਆ ਗਿਆ, ਰਸ਼ਟ ਵਗੈਰਾ ਆਪਾਂ ਨੂੰ ਪਹਿਲਾਂ ਹੀ ਪਰੇਸ਼ਾਨ ਕਰਦੇ ਹੈ, ਅਗਰ ਪਹਿਲਾਂ ਹੀ ਆਪਾਂ ਸਪਰੇਇੰਗ ਕਰੀਏ
ਆਉਣ ਤੋਂ ਬਾਅਦ ਆਪਾਂ ਨੂੰ ਸਪਰੇਇੰਗ ਕਰਨੀ ਚਾਹੀਦੀ ਸਾਥੀਓ। ਪਹਿਲਾਂ ਆਪਾਂ ਨੂੰ ਅਨੁਮਾਨ ਨਹੀਂ ਲਾਉਣਾ ਚਾਹੀਦਾ ਆਪਣੇ ਰਸ਼ਟ ਆਊਗਾ ਵੀ 58 ਕਵਨ ਬੀਜੀ ਹੈ ਤਾਂ ਆਪਾਂ ਨੂੰ ਸਪਰੇਇੰਗ ਕਰਨੀ ਹੀ ਕਰਨੀ ਪਊਗੀ, ਉਸ ਦਾ ਕੋਈ ਮੈਟਰ ਨਹੀਂ ਹੁੰਦਾ ਦੇ ਵਿੱਚ। ਪਹਿਲਾਂ ਸਪਰੇਅ ਕਰੋਗੇ ਤਾਂ ਤੁਹਾਡੇ ਫੰਗੀਸਾਈਡ ਆਊਗਾ। ਅਗਰ ਤੁਸੀਂ ਆਏ ਬਾਅਦ ਪਤਾ ਲੱਗ ਲੱਛਣ ਦਿਖੇ ਬਾਅਦ ਸਿਮਟਮ ਦਿਖੇ ਬਾਅਦ ਆਪਾਂ ਨੂੰ ਪਤਾ ਲੱਗੇ ਫਿਰ ਆਪਾਂ ਸਪਰੇਇੰਗ ਕਰਦੇ ਤਾਂ ਆਪਣੇ ਕੰਟਰੋਲ ਵੀ ਹੋਊਗਾ। ਤਾਂ ਉਹ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ ਹੈ ਵੀ ਜਿਹੜੇ ਕਿਸਾਨ NPK ਹਜੇ ਤੀਕਰ ਚੱਕੀ ਫਿਰਦੇ ਵੀ ਹੁਣ ਵੀ ਆਪਾਂ ਯੂਰੀਏ ਦੀ ਸਪਰੇਅ ਕਰ ਦਈਏ ਆਪਣੇ ਕੁਛ ਬਣ ਜਾਈਏ। ਕਈ ਕਿਸਾਨ ਲਾਸ਼ ਦੇ ਵਿੱਚ ਵੀ DAP ਪਾਉਂਦੇ ਆ, ਉਹਨਾਂ DAP ਪਾਉਣ ਦਾ ਕੋਈ ਤੁੱਕ ਨਹੀਂ ਹੈ ਕਿਉਂਕਿ ਇਹ ਮਿੱਟੀ ਦੇ ਵਿੱਚ ਪਾਉਣ ਵਾਲਾ ਉਰਵਰਕ ਹੈ, ਗੁਲਨਸ਼ੀਲ ਮਿੱਟੀ ਦੇ ਵਿੱਚ ਹੁੰਦਾ, ਉੱਤੋਂ ਪਾਏ ਦਾ ਆਪਾਂ ਨੂੰ ਕੋਈ ਤੁੱਕ ਨਹੀਂ ਹੁੰਦਾ। ਉੱਤੋਂ ਹੁਣ ਆਪਾਂ ਪਾ ਰਹੇ ਹਾਂ ਤਾਂ ਅਗਲੇ ਜਾ ਕੇ ਅਗਲੀ ਕ੍ਰੋਪ ਦੇ ਵਿੱਚ ਆਪਾਂ ਨੂੰ ਇਹ ਮਿਲੂਗਾ, ਤਾਂ ਹੁਣੇ ਆਪਾਂ ਨੂੰ ਵੇਸਟੇਜ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਸਾਥੀਓ। ਤਾਂ ਤੁਹਾਨੂੰ ਦੱਸ ਦਿੱਤਾ ਪਾਣੀ ਕਦੋਂ ਆਪਾਂ ਨੂੰ ਲਾਉਣਾ ਚਾਹੀਦਾ ਲਾਸਟ ਦੇ ਵਿੱਚ, ਅਤੇ ਆਹ ਵੀਡੀਓ ਨੂੰ ਅੱਗੇ ਤੱਕ ਹਰ ਫਾਰਮਰਸ ਤੱਕ ਭੇਜ ਦਿਓ ਤਾਂ ਕਿ ਹੋਰ ਫਾਰਮਰਸ ਵੀ ਦੇਖ ਸਕਣ ਅਤੇ ਸਾਡੇ ਚੈਨਲ ਨਾਲ ਜੋੜ ਸਕਣ ਕਿਰਸੀ ਵਕਤ ਨਾਲ। ਅਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਚੰਗੀਆਂ ਚੰਗੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਜਾਵਾਂਗੇ। ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ 'ਤੇ ਸਾਥੀਓ ਸਾਰੇ ਜੁੜੇ ਰਹੋ। ਧੰਨਵਾਦ।